अज रियासती शहर नाभा फोकल पॉइंट के प्रधान गुरबख्शी सिंह पट्टी के दफ्तर विखे सरदार साधु सिंह धर्मसोत कैबिनेट मंत्री पंजाब विशेष तौर पर पहुंचने उपरंत उन्हों का फुलों के नाल गुलदस्ता दे के निघा स्वागत किया गया। इस मौके फोकल पॉइंट के प्रधान गुरबख्शी सिंह पट्टी ने फोकल पॉइंट में आ रही समस्यावां बारे विचार वटांदरा भी किया। मंत्री धर्मसोत ने दस्सिया कि फोकल पॉइंट में आ रही समस्यावां नूं जल्द पूरा किया जाएगा। स्कालरशिप के मुद्दे से उन्होंने सुखबीर बादल नूं चुनौती दिंदिया कहा कि मैनु क्लीन चिट मिली है, अकाली सरकार नूं ना तो इनक्वायरी का पता है और ना क्लीन चिट का पता है, हेराफेरियां करके लोगों को गुमराह कर रहे हैं, केंद्र सरकार वालों माल गड्डियों बंद किया गया है, महंगाई भी वधी है। इस सवाल उत्ते मंत्री धर्मसोत ने कहा कि किसान देश का अन्नदाता है, किसानों नूं रोला नहीं जाएगा। उन्होंने कहा कि असी सारे MLA अते वर्कर मुख्यमंत्री पंजाब की अगवाई में देश के राष्ट्रपति को मिलने जा रहे हैं। सरकार वालों किसानों को पराली साड़न के लगाए जुर्माने के सवाल का जवाब देंदे कहा कि केंद्र सरकार पहला किसानों को मशीनरी लेके देवे, फिर किसान पराली साड़न तो हट जाएंगे। ਤੇ ਨਾ ਹੀ ਉਹਨਾਂ ਨੂੰ ਕਲੀਨ ਚਿੱਟ ਮਿਲੀ ਆ। ਜੇ ਇਨਕੁਆਇਰੀ ਆਪਣੀ ਮੰਗਣ ਕੋਈ ਕਲੀਨ ਚਿੱਟ ਕਰੇ, ਨਾ ਉਹਨਾਂ ਨੂੰ ਕਲੀਨ ਚਿੱਟ ਦਾ ਪਤਾ, ਨਾ ਉਹਨਾਂ ਨੂੰ ਇਨਕੁਆਇਰੀ ਦਾ ਪਤਾ, ਹੇਰਾ ਫੇਰੀਆਂ ਕਰਕੇ ਦੱਬੀ ਫਿਰਦੇ ਨੇ ਲੋਕਾਂ ਨੂੰ। ਇੱਕ ਜਿਹੜਾ ਟ੍ਰੇਨਾਂ ਬੰਦ ਹੋਣ ਕਰਕੇ ਮਹਿੰਗਾਈ ਵੱਧ ਗਈ, ਸਾਰਾ ਕੁਝ ਵੱਧ ਗਿਆ, ਕੇਂਦਰ ਬਾਰੇ ਇਹਨਾਂ ਨੇ ਜੋ ਗਲਤ ਫੈਸਲੇ ਲੈਣੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹਦੇ ਬਾਰੇ ਦੇਖੋ, ਕਿਸਾਨਾਂ ਨੂੰ ਤੰਗ ਕਰਨਾ ਅਤਿਅੰਤ ਮਾੜਾ ਹੈ। ਪੂਰੇ ਦੇਸ਼ ਨੂੰ ਪੰਜਾਬ ਦੇ ਕਿਸਾਨ ਨੇ ਢਿੱਡ ਭਰ ਕੇ ਰੋਟੀ ਖਾਣ ਲਾਇਆ, ਹੱਥ ਮੰਗ ਮੰਗ ਕੇ ਬਾਹਰੋਂ ਅਨਾਜ ਲੈਂਦੇ ਸੀ। ਅੱਜ ਉਸ ਕਿਸਾਨ ਨੂੰ ਰੋਲਿਆ ਨਾ ਜਾਵੇ। ਅਸੀਂ ਕੈਪਟਨ ਅਮਰਿੰਦਰ ਸਿੰਘ CM ਸਾਹਿਬ ਦੀ ਵਾਈਸ, ਸਾਰੇ MLA, ਸਾਰੇ ਕਾਂਗਰਸ ਵਰਕਰ ਕੱਲ੍ਹ ਨੂੰ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ। ਇੱਕ ਮੰਤਰੀ ਸਾਹਿਬ, ਜਿਹੜਾ ਆਪਣੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਪਰਾਲੀ ਸਾੜਨ ਦੀ 1 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਸਜ਼ਾ, ਨਹੀਂ ਉਹ ਸਰਕਾਰ ਨੇ, ਤੁਸੀਂ ਕਿਵੇਂ ਦੇਖਦੇ ਹੋ? ਉਹ ਸੁਪਰੀਮ ਕੋਰਟ ਦਾ ਫੈਸਲਾ ਦੇਖੋ ਗੱਲ ਹੈ, ਸੁਪਰੀਮ ਕੋਰਟ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ। ਪਰ ਮੈਂ ਕੇਂਦਰ ਸਰਕਾਰ ਨੂੰ ਇਹ ਕਹਾਂਗਾ ਕਿ ਜਿਹੜੇ ਗਰੀਬ ਕਿਸਾਨ ਉਹ ਤਾਂ ਲੈ ਤਾਂ ਨਹੀਂ ਸਕਦੇ ਇੰਡਸਟਰੀ ਮਸ਼ੀਨਾਂ, ਅਤੇ ਉਹਨਾਂ ਨੂੰ ਮਸ਼ੀਨਾਂ ਲੈ ਕੇ ਦੇਣ ਤਾਂ ਉਹ ਸਾੜਨ ਤੋਂ ਹਟ ਜਾਣਗੇ। ਹੈਲੋ, ਬੰਦ ਕਰ ਰਹੇ ਪੰਜਾਬ ਬੰਦ, ਇੰਡੀਆ ਬੰਦ ਕਰ ਰਹੇ ਕਿਸਾਨਾਂ ਵਾਲੇ, ਇਹਦੇ ਵਿੱਚ ਸਰਕਾਰ ਦਾ ਕੀ ਰੋਲ ਹੋਊਗਾ ਜੀ? ਦੇਖੋ, ਕਿਸਾਨ ਸ਼ਾਂਤਮਈ ਢੰਗ ਨਾਲ ਆਪਣੇ ਤੌਰ 'ਤੇ ਉਹ ਕਰ ਸਕਦੇ ਨੇ ਜਿੱਥੇ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਜਿਹੜੀ ਆ ਵਪਾਰ ਨੂੰ ਨੁਕਸਾਨ ਨਾ ਪਹੁੰਚੇ। ਕਿਉਂਕਿ ਮੋਦੀ 'ਤੇ ਗੁੱਸਾ ਕੱਢਦੇ ਆਪਣਾ ਨੁਕਸਾਨ ਨਾ ਕਰੀਏ, ਅਸੀਂ ਆਪਣੀ ਇੰਡਸਟਰੀ ਦਾ ਨੁਕਸਾਨ ਨਾ ਹੋਏ, ਆਪਣੇ ਕਿਸਾਨੀ ਦਾ ਨੁਕਸਾਨ ਨਾ ਹੋਏ, ਆਪਣੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ, ਉਹ ਰੋਸ ਕਰਨਾ ਉਹਨਾਂ ਦਾ ਜਾਇਜ਼ ਹੈ। ਜਿਹੜੇ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ, ਉਹਦੇ ਵਿੱਚ ਜਿਹੜੇ ਹੁਣ ਰੋਸ ਧਰਨੇ ਹੋ ਰਹੇ ਨੇ, ਇਹਦੇ ਵਿੱਚ ਆਪਣਾ ਕਿਸ ਤਰੀਕੇ ਨਾਲ ਚੋਣਾਂ ਦੀ ਤਿਆਰੀ ਹੈ? ਉਹਨਾਂ ਨੂੰ ਅੱਧੀ ਸੀਟ ਵੀ ਨਹੀਂ ਆਉਂਦੀ, ਜਦੋਂ ਇੱਕ ਨਾ ਇੱਕ ਪੂਰੀ ਸੀਟ ਹੁੰਦੀ ਹੈ, ਦਸਵਾਂ ਸਾਹਿਬ ਨਹੀਂ ਆਉਂਦੇ। ਸਾਡੀ ਮੇਨ ਜਿਹੜੀ ਬੜੀ ਲੰਮੇ ਚਿਰ ਤੋਂ ਸੜਕ ਦੀ ਮੇਨ ਜਿਹੜੀ ਅਪਰੋਚਿੰਗ ਰੋਡ ਹੈ, ਉਹ ਬੜੇ ਲੰਮੇ ਸਮੇਂ ਤੋਂ ਛੋਟੀ ਹੈ। ਉਹ ਇਹਨਾਂ ਨੇ ਕਹਿ ਗਏ ਨੇ ਵੀ ਜਿਹੜਾ ਅਪ੍ਰੈਲ ਦੇ ਵਿੱਚ ਇਹ ਜਿਹੜੀ ਹੈਗੀ ਆ PC ਵਗੈਰਾ ਪੈ ਜਾਏਗੀ ਇਹਦੇ ਉੱਤੇ, ਅਤੇ ਇਮੀਡੀਏਟਲੀ ਉਹਨਾਂ ਨੇ ਕਹਿਤਾ ਵੀ ਮਤਲਬ ਕਿ ਪੱਚ ਵਰਕ ਵਗੈਰਾ ਜਿਹੜਾ ਉਹ ਇਮੀਡੀਏਟਲੀ ਐਕਸ਼ਨ ਨੂੰ ਕਹਿਤਾ ਉਹ ਹੋ ਜਾਏਗਾ। ਜਿਵੇਂ ਤੁਸੀਂ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਹੋ, ਜਿਹੜੀਆਂ ਹੁਣ ਚੋਣਾਂ ਆ ਰਹੀਆਂ ਨੇ ਅੱਗੇ ਨੂੰ, ਇਹਦੇ ਵਿੱਚ ਆਪਣਾ ਤੁਸੀਂ ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ ਕੀ ਰੋਲ ਹੋਊਗਾ ਵੀ ਕਿਵੇਂ ਆਪਾਂ ਇਲੈਕਸ਼ਨ ਲੜਨੀ ਵਾਲੀ ਵਾਰਡ ਤੋਂ ਰਿਜ਼ਰਵ ਵਾਰਡ ਉਹਦੇ ਲੇਡੀਜ਼ ਵਾਰਡ ਹੋਊਗਾ? ਅਸੀਂ ਤਾਂ ਮਤਲਬ ਕਿ ਵੀ ਪਾਰਟੀ ਦੇ ਨਾਲ ਆ, ਸਰਦਾਰ ਸਾਧੂ ਸਿੰਘ ਧਰਮਸੋਤ ਜੀ ਜਿੱਥੇ ਵੀ ਜਿਸ ਵੀ ਵਾਰਡ ਦੇ ਵਿੱਚੋਂ ਡਿਊਟੀ ਲਾਉਣਗੇ ਇਲੈਕਸ਼ਨ ਲੜਨ ਦੀ, ਉੱਥੋਂ ਮੈਂ ਇਲੈਕਸ਼ਨ ਲੜੂੰਗਾ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।